ਸਸਿਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸੁਖਚੈਨ ਸਿੰਘ ਸਵਾਗਤ ਕਰਦਾ ਹਾਂ ਦੋਸਤੋ ਟ੍ਰੇਲ ਹਾਦਸਾ ਪੀੜਤ ਲੋਕ ਜਿਹੜੇ ਨੇ ਇਸ ਵੇਲੇ ਇੱਥੇ ਮੌਜੂਦ ਨੇ ਤੁਹਾਨੂੰ ਜਿੱਦਾਂ ਕਿ ਪਤਾ ਹੈ ਕਿ ਰਾਤ ਤੋਂ ਹੀ ਕਾਫੀ ਤੇਜ਼ ਬਰਸਾਤ ਆ ਰਹੀ ਹੈ ਤੇ ਬਰਸਾਤ ਦੀ ਵਜ੍ਹਾ ਕਰਕੇ ਕੋਨਾ ਥੋੜਾ ਜਿਹਾ ਵਾਟਰ ਦਿੱਤਾ ਗਿਆ ਹੈ ਥੋੜੇ ਜਿਹਾ ਪਿੱਛੇ ਬੈਠ ਗਏ ਨੇ ਰੇਲ ਹਾਦਸਾ ਪੀੜਤ ਲੋਕ ਨੇ ਜਿਹੜੇ ਪਰ ਦਿੱਕਤਾਂ ਜਿਹੜੀਆਂ ਨੇ ਉਹਨਾਂ ਦੀ ਵਧ ਗਈਆਂ ਹਨ ਤੰਬੂ ਲੱਗੇ ਤੁਸੀਂ ਦੇਖ ਸਕਦੇ ਹੋ ਤੰਬੂ ਚਾਰੇ ਪਾਸੇ ਲਗਾ ਕੇ ਇਸ ਜਗ੍ਹਾ ਤੇ ਧਰਨਾ ਲਗਾਇਆ ਗਿਆ ਸੀ ਇਹਨਾਂ ਵੱਲੋਂ ਪਰ ਥੋੜਾ ਜਿਨਾ ਪਿੱਛੇ ਜਾਣਾ ਪਿਆ ਕਿਉਂਕਿ ਬਰਸਾਤ ਨੇ ਆਪਣਾ ਕਹਿਰ ਜਿਹੜਾ ਹੈ ਉਹ ਵਰਸਾ ਦਿੱਤਾ ਹਾਲਾਂਕਿ ਬਰਸਾਤ ਆਉਣ ਦੇ ਨਾਲ ਆਮ ਲੋਕ ਜਿਹੜੇ ਨੇ ਕਾਫੀ ਉਹਨਾਂ ਨੂੰ ਰਾਹਤ ਮਿਲੀ ਹੈ ਕਿਉਂਕਿ ਧੁੰਦਾਂ ਦੇ ਦਿਨ ਸੀ ਉਹ ਰਾਹਤ ਮਿਲੀ ਹੈ ਪਰ ਰੇਲ ਹਾਸਾ ਪੀੜਤ ਲੋਕ ਜਿਹੜੇ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਇੱਕ ਵੱਡਾ ਜਿਹੜਾ ਮਾਹੌਲ ਜਿਹੜਾ ਉਹਨਾਂ ਦੇ ਅੱਗੇ ਕ੍ਰੀਏਟ ਹੋ ਚੁੱਕਿਆ ਤੇ ਇਹ ਦੇਖ ਸਕਦੇ ਕਿ ਸਾਰਾ ਕੁਝ ਜਿਹੜੇ ਰੇਲ ਹਾਸੇ ਪੀੜਤ ਲੋਕ ਨੇ ਜਿਹੜੇ ਗੱਦੇ ਥੱਲੇ ਵਿਛਾ ਕੇ ਬੈਠੇ ਸੀ ਉਹ ਵੀ ਭੇਜ ਚੁੱਕੇ ਨੇ ਤੇ ਅਸਲ ਵਿੱਚ ਛੋਟਾ ਜਿਨਾ ਤੰਬੂ ਲਗਾ ਕੇ ਸਾਰੇ ਪਰਿਵਾਰ ਜਿਹ ਤੇ ਕਿਤਨਾ ਕਿਤੇ ਬਰਸਾਤ ਤੋਂ ਬਚਣ ਵਾਸਤੇ ਇੰਤਜ਼ਾਮ ਕੀਤੇ ਜਾ ਰਹੇ ਨੇ ਪਰ ਰਿਆ ਸੜਕ ਉਤੀ ਜਾਏਗਾ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਉਦੋਂ ਤੱਕ ਅਸੀਂ ਇੱਥੇ ਮੌਜੂਦ ਰਵਾਂਗੇ ਜਦੋਂ ਤੱਕ ਸਰਕਾਰਾਂ ਵੱਲੋਂ ਕੋਈ ਸਾਡੀ ਸਾਰ ਨਹੀਂ ਲਈਤੀ ਜਾ ਰਹੀ ਗੱਦੇ ਦੇਖ ਸਕਦੇ ਗੱਦਿਆਂ ਨੂੰ ਝਾੜਿਆ ਜਾ ਰਿਹਾ ਕਿਉਂ ਝਾੜਿਆ ਜਾ ਰਿਹਾ ਕਿਉਂਕਿ ਇਹ ਗਿੱਲੇ ਹੋ ਗਏ ਨੇ ਬਰਸਾਤ ਰਾਤ ਤੋਂ ਹੀ ਕਾਫੀ ਪੈ ਰਹੀ ਸੀ ਰਾਤੀ 7-8 ਵਜੇ ਜਿਹੜੀ ਬਰਸਾਤ ਸ਼ੁਰੂ ਹੋਈ 7 ਵਜੇ ਦੀ ਤੇ ਲਗਾਤਾਰ ਪੂਰੀ ਰਾਤ ਬਰਸਾਤ ਪੈਂਦੀ ਰਹੀ ਸਰਦੀ ਦਾ ਮਾਹੌਲ ਜਿਹੜਾ ਪੂਰਾ ਬਣ ਚੁੱਕਿਆ ਤੁਹਾਨੂੰ ਦੱਸ ਦਈਏ ਕਿ ਘਰ ਦੇ ਵਿੱਚ ਅਸੀਂ ਬੈਠੇ ਆਂ ਤੇ ਘਰ ਦੇ ਵਿੱਚ ਬੈਠ ਕੇ ਵੀ ਸਾਨੂੰ ਠੰਡ ਲੱਗ ਰਹੀ ਸੀ ਪਰ ਅਸੀਂ ਤਨ ਜਿਗਰਾ ਇਨ੍ਹਾਂ ਪਰਿਵਾਰਾਂ ਦਾ ਕਵਾਂਗੇ ਜਿਹੜੇ ਕਿ ਇੱਥੇ ਮੌਜੂਦ ਨੇ ਅਜੇ ਤੱਕ ਠੰਡ ਦੇ ਬਾਵਜੂਦ ਵੀ ਇਹ ਸਾਰੇ ਪਰਿਵਾਰ ਜਿਹੜੇ ਨੇ ਇੱਥੇ ਤੁਹਾਨੂੰ ਮੌਜੂਦ ਨਜ਼ਰ ਆਣਗੇ ਛੋਟੀਆਂ ਛੁੱਟੀਆਂ ਬੱਚੀਆਂ ਨਿੱਕੇ ਨਿੱਕੇ ਬੱਚੇ ਜਿਹੜੇ ਹੱਥ ਵਿੱਚ ਪੈਣਾ ਲੈ ਕੇ ਬੈਠੀਆਂ ਹੋਈਆਂ ਤੁਸੀਂ ਦੇਖ ਸਕਦੇ ਜੇ ਕਿ ਇਹ ਸਾਰੇ ਇੱਥੇ ਮੌਜੂਦ ਨੇ ਇਹ ਠੰਡ ਹੋਵੇ ਚਾਹੇ ਗਰਮੀ ਹੋਵੇ ਐਸੇ ਤਰੀਕੇ ਦੇ ਨਾਲ ਹੀ ਇੱਥੇ ਹੀ ਰਿਹਾ ਜਾਏਗਾ ਛੋਟਾ ਜਿਹਾ ਤੰਬੂ ਜਿਹੜਾ ਲਗਾ ਕੇ ਬਾਹਰ ਬੈਠੇ ਸੀ ਪਰ ਹੁਣ ਜਦੋਂ ਸਾਰਾ ਕੁਝ ਭਿੱਜ ਗਿਆ ਜਦੋਂ ਮੀਂਹ ਤੇਜ਼ ਹੋ ਗਿਆ ਤੇ ਇਹਨਾਂ ਨੂੰ ਮਜਬੂਰਨ ਅੰਦਰ ਆਣਾ ਪਿਆ ਗੱਲਬਾਤ ਕਰਕੇ ਦੇਖ ਲੈਣੇ ਆ ਕੀ ਮਾਹੌਲ ਸੀ ਰਾਤ ਦਾ ਕੀ ਨਾਂ ਦਾ ਦੇਖੋ ਜੀ ਰਾਤ ਨੂੰ ਬਾਰਿਸ਼ ਮੇਰੇ ਨਾਲ ਗੁਰੂ ਡੋਗਰਾ ਵਾ ਸਾਰੀ ਰਾਤ ਬਾਰਿਸ਼ ਆਂਦੀ ਰਹੀ ਆ ਆਪ ਐਸੇ ਤਰੀਕੇ ਬਹਿ ਗਏ ਇੱਥੇ ਰਾਤ ਗੱਟੀ ਆ ਰਾਤ ਇੱਥੇ ਬਹਿ ਕੇ ਗੱਟੀ ਆ ਆਪਾਂ ਜੀ ਪਰਮਾਤਮਾ ਦਾ ਸਿਮਰਨ ਕਰਦੇ ਰਹੇ ਆ ਕਿ ਪਰਮਾਤਮਾ ਮਿਹਰ ਕਰ ਥੋੜੀ ਜੀ ਤੇ ਮੀਂਹ ਨੂੰ ਸ਼ਾਂਤ ਕਰ ਇੱਥੇ ਬਹਿ ਗਈ ਸਾਰੀ ਰਾਤ ਗੱਡੀ ਹੈ ਪਰਮਾਤਮਾ ਨੇ ਸੁਣ ਲਈ ਪਰ ਸਰਕਾਰਾਂ ਨੇ ਨਹੀਂ ਸੁਣੀਆਂ ਪਰਮਾਤਮਾ ਦੇ ਪਰਮਾਤਮਾ ਦੇ ਹਰ ਟਾਈਮ ਸੁਣਦਾ ਪਰ ਇਹਨਾਂ ਨੂੰ ਕੋਈ ਅਸਰ ਨਹੀਂ ਪਿਆ ਇਹਨਾਂ ਦੇ ਸਿਰ ਤੇ ਜੂਨ ਹੀ ਫਰਕੀ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ ਜੀ ਇਹਨਾਂ ਦਾ ਉਹ ਹਿਸਾਬ ਹੈ ਕਿ ਅਸੀਂ ਹਾਥੀ ਬਣ ਗਏ ਆ ਜੋ ਮਰਦੀ ਨੰਗ ਦਾ ਰਵੇ ਫਰਕ ਨਹੀਂ ਹੈਗਾ ਇਹਨਾਂ ਨੂੰ ਉਹ ਹਿਸਾਬ ਇਹਨਾਂ ਦਾ ਚੱਲਣ ਰਿਹਾ ਅਸਲੇ ਇਹ ਦੁਨੀਆ ਨੂੰ ਸਮਝਦੇ ਨਹੀਂ ਪਏ ਹੈਗੇ ਇਨਸਾਨ ਪਰਮਾਤਮਾ ਨੇ ਦੇਖੋ ਜੀ ਅਸੀਂ ਤੇ ਕੰਨੇ ਹੈ ਕਿ ਚਲੋ ਜਿਹੜਾ ਜੋ ਵਾਅਦੇ ਕੀਤੇ ਆ ਸਾਡੀ ਕੋਈ ਮੰਗ ਨਹੀਂ ਹੈਗੀ ਸੀ ਆਪਾਂ ਨੂੰ ਕੋਈ ਕੋਈ ਨਹੀਂ ਗਿਆ ਕਿ ਸਾਨੂੰ ਰੁਪਿਆ ਦਿਓ ਜਾਂ ਹੱਦੀ ਮਤ ਕਰੋ ਕਮ ਸੇ ਕਮ ਆਗੇ ਅਫਸੋਸ ਤੇ ਕਰ ਦੇ ਕਿ ਬੜੀ ਮਾੜੀ ਗੱਲ ਹੋਈ ਆ ਹਾਲ ਤੱਕ ਨਹੀਂ ਪੁੱਛਣ ਆਏ ਸਾਨੂੰ ਤੇ ਸਾਰਿਆਂ ਨੂੰ ਨੌਕਰੀਆਂ ਦਿਓ ਜਿਹੜੇ ਵਾਅਦੇ ਕੀਤੇ ਇਹਨਾਂ ਨੇ ਆਪ ਵਾਅਦੇ ਕੀਤੇ ਸੀ ਸਿੱਧੂ ਸਾਹਿਬ ਨੇ ਕਿ ਮੈਂ ਸਾਰਿਆਂ ਨੂੰ ਬੱਚਿਆਂ ਨੂੰ ਨਿੱਕੇ ਨਿੱਕੇ ਬੱਚੇ ਜਿਨ੍ਹਾਂ ਦੇ ਚਲੇ ਗਏ ਮੈਂ ਅਡੋਪਟ ਕਰਾਂਗਾ ਮੈਂ ਹਰ ਕਿਸ ਦੀ ਹੈਲਪ ਕਰਾਂਗਾ ਸਰਕਾਰੀ ਨੌਕਰੀ ਵੀ ਦਵਾਵਾਂਗਾ ਸਾਰਿਆਂ ਨੂੰ ਤੁਹਾਨੂੰ ਲੱਗਦਾ ਕਿ ਆ ਰਸਤਾ ਸੀ ਸਹੀ ਚੁਣ ਲਿਆ ਕਿਉਂਕਿ ਨਿੱਕੇ ਨਿੱਕੇ ਬੱਚੇ ਨੇ ਉਹਨਾਂ ਨੂੰ ਬੁਖਾਰ ਵੀ ਚੜ ਸਕਦਾ ਹੈ ਬਜ਼ੁਰਗ ਵੀ ਵਿੱਚ ਨੇ ਇਹ ਅਸੀਂ ਰਸਤਾ ਸਹੀ ਚੁਣਿਆ ਦੇਖੋ ਜੀ ਪਰਮਾਤਮਾ ਜੋ ਕਰਦਾ ਚੰਗਾਈ ਕਰਦਾ ਉਹ ਮਾਰੇ ਨੇ ਸਾਡੇ ਦਿਮਾਗ 'ਚ ਜਿਹੜੀ ਗੱਲ ਪਾਈ ਆ ਅਸੀਂ ਉਹਦੇ ਲਕਸ਼ੇ ਕਦਮ ਤੇ ਚੱਲਦੇਵੇਂ ਸੋ ਪਰਿਵਾਰ ਜਿਹੜੇ ਨੇ ਇੱਥੇ ਮੌਜੂਦ ਨੇ ਉਹਨਾਂ ਦੀ ਵੀ ਜਿੱਦ ਹੈ ਕਿ ਜੋ ਤੱਕ ਸਰਕਾਰਾਂ ਸਾਡੇ ਵੱਲ ਧਿਆਨ ਨਹੀਂ ਦਿੰਦੀਆਂ ਉਦੋਂ ਤੱਕ ਅਸੀਂ ਇੱਥੇ ਮੌਜੂਦ ਰਵਾਂਗੇ ਪਾਪਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਵੀਰ ਕੁਮਾਰ ਜੀ ਵੀਰ ਕੁਮਾਰ ਜੀ ਸਭ ਤੋਂ ਪਹਿਲਾਂ ਮੇਰਾ ਸਵ ਤੁਸੀਂ ਬਜ਼ੁਰਗ ਜੇ ਛੋਟੇ ਛੋਟੇ ਬੱਚੇ ਵੀ ਇੱਥੇ ਮੌਜੂਦ ਨੇ ਲੱਗ ਰਿਹਾ ਕਿ ਅਸੀਂ ਇੱਕ ਸਹੀ ਰਸਤਾ ਚੁਣਿਆ ਇੱਥੇ ਧਰਨਾ ਲਗਾਉਂਦਾ ਕਿਉਂਕਿ ਕਿਸੇ ਨੂੰ ਵੀ ਕੁਝ ਵੀ ਹੋ ਸਕਦਾ ਬੁਖਾਰ ਚੜ ਸਕਦਾ ਤੇਜ ਕੋਈ ਵੀ ਮੁਸ਼ਕਲ ਇਹ ਸਾਡਾ ਇੱਕ ਬੇੜਾ ਅਸੀਂ ਦੋ ਬੇਟੀਆਂ ਮੇਰੀਆਂ ਮੇਰਾ ਘਮਾਨਾ ਦਾ ਸਾਡਾ ਕੋਈ ਨਹੀਂ ਆ ਕਿਰਾਏ ਦਾ ਪਰ ਰਹਿੰਦੇ ਵੇ ਆ ਤੇ ਜਿੰਨੇ ਨੂੰ ਪੈਸੇ ਦਿੱਤੇ ਉਹ ਕਿਰਾਇਆ ਲਖਾਈ ਜਾਂਦੇ ਆ ਕੋਈ ਬਿਜਲੀ ਵਾਲੇ ਲੁੱਟ ਕੇ ਖਾਈ ਜਾਂਦੇ ਆ ਤੇ ਸਾਡਾ ਘਰ ਨਹੀਂ ਚੱਲਦਾ ਸਹੀ ਪਿਆ ਤੇ ਕੁੜੀਆਂ ਵੀ ਹੈਗੀਆਂ ਮੇਰੀਆਂ ਦੋ ਜਵਾਨ ਇਹ ਦੋ ਵਿਆਹੀਆਂ ਇੱਕ ਜਿਹੜੀ ਵਿਆਹੀ ਹੈ ਇੱਕ ਵਿਧਵਾ ਮੇਰੇ ਕੋਲ ਬੈਠੀ ਰਹੀ ਹੈ ਤੇ ਮੇਦਾ ਸਾਰਾ ਕੋਈ ਨਹੀਂ ਹੁਣ ਤੇ ਮੇਰੇ ਕੋਲ ਕਾਰੋਬਾਰ ਨਹੀਂ ਹੁੰਦਾ ਕਾਰੋਬਾਰ ਨਹੀਂ ਹੁੰਦਾ ਸਵਾਲ ਉੱਥੇ ਉਹੀ ਉੱਠਦਾ ਹੈ ਕਿ ਕੋਈ ਬਜ਼ੁਰਗ ਹੈ ਤੇ ਉਹਦਾ ਬੱਚਾ ਬੱਚੇ ਨਹੀਂ ਰਹੇ ਜਿੱਦੀ ਵਜ੍ਹਾ ਕਰਕੇ ਉਹਨਾਂ ਨੂੰ ਰੋਟੀ ਪਾਣੀ ਦੇ ਵਿੱਚ ਕਾਫੀ ਮੁਸ਼ਕਲ ਆ ਰਹੀ ਹੈ ਕੋਈ ਔਰਤ ਹੈ ਤੇ ਉਹਦਾ ਪਤੀ ਨਹੀਂ ਰਿਹਾ ਜਿੱਦੀ ਵਜ੍ਹਾ ਕਰਕੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਨਾਮ ਤੁਹਾਡਾ ਸੰਦੀਪ ਕੌਰ ਸੰਦੀਪ ਜੀ ਕੀ ਕਹਿਣਾ ਚਾਹੁੰਦੇ ਛੋਟਾ ਜਿਨਾ ਬੱਚਾ ਲੈ ਕੇ ਬੈਠੇ ਆ ਸਰਦੀ ਵੀ ਲੱਗ ਸਕਦੀ ਹੈ ਬੱਚੇ ਨੂੰ ਰਾਤੀ ਬਰਸਾਤ ਵੀ ਆਈ ਸੀ ਕਾਫੀ ਮਾਹੌਲ ਜਿਹੜਾ ਬਰਸਾਤ ਦੀ ਵਜ੍ਹਾ ਕਰਕੇ ਖਰਾਬ ਹੋ ਗਿਆ ਸੀ ਘਰ ਵਿੱਚ ਜਿਹੜੇ ਲੋਕ ਬੈਠੇ ਸੀ ਉਹਨਾਂ ਨੂੰ ਠੰਡ ਲੱਗ ਰਹੀ ਸੀ ਪਰ ਤੁਸੀਂ ਇੱਥੇ ਮੌਜੂਦ ਏ ਕੀ ਕਹਿਣਾ ਚਾਹਦੇ ਮੌਜੂਦ ਇਸ ਕਰਕੇ ਆ ਕਿ ਅਸੀਂ ਤਾਂ ਨਾਲ ਅੱਜ ਪੰਜਵਾਂ ਦਿਨ ਹੋ ਗਿਆ ਵਾ ਤੇ ਸਾਡੇ ਮਤਲਬ ਪਾਪਾ ਦੀ ਡੈਥ ਹੋ ਗਈ ਬੱਚਾ ਦੀ ਦੋ ਡੈਥ ਹੋ ਗਈ ਆ ਤੇ ਇਸ ਕਰਕੇ ਜੇ ਮਤਲਬ ਸਾਡੀ ਨਹੀਂ ਸੁਣਾਈ ਕਰਦੇ ਕੁਝ ਵੀ ਨਹੀਂ ਕਰਦੇ ਤੇ ਆਪਾਂ ਇਹਨਾਂ ਤੱਕ ਕਰਨਾ ਹਲੇ ਤਰਨ ਨਾ ਇਹ ਚੁੱਕਣਾ ਜਿੰਨਾ ਤੱਕ ਸਾਡੀ ਮੰਗ ਨਹੀਂ ਪੂਰੀਆਂ ਕਰਦੇ ਅਸੀਂ ਨਹੀਂ ਮੰਗਾ ਰੱਖਿਆ ਇਹਨਾਂ ਨੇ ਸਰਕਾਰ ਨੇ ਮੰਗਾ ਰੱਖਿਆ ਹੈ ਉਹੀ ਇਹਨਾਂ ਕੋਲ ਆਈ ਮਤਲਬ ਕੀ ਕਹਿੰਨੇ ਆ ਕਿ ਮਤਲਬ ਸਾਡੀ ਮੰਗ ਜੋ ਮਤਲਬ ਇਹਨਾਂ ਨੇ ਮੂੰਹ ਕਿਹਾ ਵਾ ਉਹੀ ਮਤਲਬ ਇਹਨਾਂ ਨੂੰ ਕਰੇ ਸਾਨੂੰ ਕਿ ਜੋ ਵੀ ਇਹਨਾਂ ਨੇ ਵਾਦੇ ਕੀਤੇ ਆ ਜੋ ਵੀ ਕੀਤਾ ਕਿਹਾ ਵਾ ਉਹ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਗੱਲ ਉੱਥੇ ਅੜਦੀ ਕਿ ਮੰਗਾ ਜੜੀਆਂ ਉਹ ਪੂਰੀਆਂ ਕੀਤੀਆਂ ਜਾਣ ਉਹ ਕਦੋਂ ਪੂਰੀਆਂ ਹੋਣਗੀਆਂ ਭਾਜੀ ਕੀ ਨਾਮ ਦਾ ਮੇਰਾ ਮਨਜੀਤ ਕੌਰ ਕੀ ਕਹਿਣਾ ਚਾਹੋਗੇ ਸਾਡੇ ਪਰਿਵਾਰ ਚੋਂ ਕੌਣ ਸੀ ਤੇ ਮੇਰਾ ਘਰ ਵਾਲਾ ਹੁਣ ਉਹਨੇ ਤੁਸੀਂ ਇੱਥੇ ਧਰਨੇ ਤੇ ਬੈਠੇ ਜੇ ਮੁਸ਼ਕਲ ਦਾ ਸਾਹਮਣਾ ਜਿਹੜਾ ਵਾ ਸਾਰਿਆਂ ਨੂੰ ਪਤਾ ਵਾ ਕਿ ਕਰਨਾ ਪੈ ਰਿਹਾ ਸਾਨੂੰ ਵੀ ਪਤਾ ਪਰ ਇਹ ਧਰਨਾ ਕਦੋਂ ਤੱਕ ਰਹੇਗਾ ਕੀ ਇਹ ਸਹੀ ਰਸਤਾ ਹੈ ਕਿ ਅਸੀਂ ਧਰਨਾ ਲਗਾ ਕੇ ਬਹਿ ਜਾਾਂਗੇ ਤੇ ਹੋ ਜਾਏਗਾ ਕੰਮ ਨਹੀਂ ਵੇਖੋ ਕਮਾਉਣ ਵਾਲਾ ਵੀ ਕੋਈ ਰਹਿ ਗਿਆ ਮੇਰੀ ਬਾਹ ਵੀ ਟੁੱਟੀ ਪਈ ਹੈ ਨਾ ਮੈਂ ਕੰਮ ਹੀ ਕਰ ਸਕਦੀ ਆ ਨਾ ਮੇਰੇ ਇੱਕ ਮੁੰਡਾ ਹੈਗਾ ਵਾ ਉਹ ਕੰਮ ਤੇ ਮੈਂ ਕੰਮ ਕਿਸ ਤਰ੍ਹਾਂ ਕਰਾਂਗੀ ਕਿੱਥੋਂ ਰੋਟੀ ਖਾਵਾਂਗੀ ਜਿਹੜੇ ਮਤਲਬ ਇਹਨਾਂ ਨੇ ਦਿੱਤਾ 50 5 ਲੱਖ ਉਹੋ ਹੀ ਤੇ ਮਤਲਬ ਕਰਾਇਆ ਪਾੜਾ ਰੋਟੀ ਖਰਚਾ ਜੋ ਵੀ ਹੈਗਾ ਉਹੋ ਹੀ ਖਾਂਦੇ ਆ ਉਹ ਵੀ ਤੇ ਖਤਮ ਹੋ ਚ ਗਿਆ ਦਵਾਈਆਂ दारू ਉਹ 4 ਦਿਨ ਇਹਨਾਂ ਨੇ ਜਿਹੜਾ 5-6 ਦਿਨ ਇਲਾਜ ਕਰਾਇਆ ਉਹੋ ਹੀ ਕਰਵਾਇਆ ਉਸ ਤੋਂ ਬਾਅਦ ਆ ਇਹਨਾਂ ਨੇ ਕੁਝ ਨਹੀਂ ਸਾਨੂੰ ਪੁੱਛਿਆ ਉਹ ਜਿੰਨਾ ਇਹਨਾਂ ਨੇ ਪੈਸਾ ਦਿੱਤਾ ਉੱਤੇ ਹੀ ਲੱਗ ਗਿਆ ਇਹਨਾਂ ਨੇ ਘਰ ਵਾਲੇ ਦੇ ਸਾਡੇ ਦੇ ਮਤਲਬ ਉਹ ਪੁਕਰਾ ਕੇ ਕੀ ਇਹਨੂੰ ਆਂਦੇ ਆ ਮਲਾਜਾ ਕਰਾ ਕੇ ਇਹਨਾਂ ਨੇ ਤੇ ਉਹੋ ਹੀ ਇਹਨਾਂ ਨੇ ਵੇਚ ਕੇ ਸਾਡੇ ਘਰ ਨੂੰ ਪੈਸੇ ਦੇ ਦਿੱਤੇ ਆ ਸਾਨੂੰ ਇਹਨਾਂ ਨੇ ਕੀ ਦਿੱਤਾ ਹੈਗਾ ਸਾਨੂੰ ਤਾਂ ਨੌਕਰੀਆਂ ਦੇ ਦੇਣਾ ਤੇ ਸਾਡੀ ਰੋਟੀ ਚੱਲਦੀ ਰਹੇ ਦੋਸ਼ ਇਹਨਾਂ ਪਰਿਵਾਰਾਂ ਦਾ ਹੈ ਕਿ ਪੋਸਟਮਾਰਟਮ ਕਰਾ ਕੇ ਸਾਡੇ ਪਾਰਟਸ ਜਿਹੜੇ ਕਿ ਉਹਦਾ ਹੀ ਸੌਦਾ ਕਰ ਦਿੱਤਾ ਇਹਨਾਂ ਵੱਲੋਂ ਕਿਹਾ ਜਾ ਰਿਹਾ ਪਰ ਹੁਣ ਸਰਕਾਰਾਂ ਕੀ ਕਰਦੀਆਂ ਨੇ ਇਹਨਾਂ ਵਾਸਤੇ ਖਾਸ ਇਹ ਇੱਕ ਸਵਾਲ ਜਿਹੜਾ ਹੈ ਉੱਠ ਰਿਹਾ ਬੀਬੀ ਸਾਡੇ ਨਾਲ ਸਾਰੀਆਂ ਮੌਜੂਦ ਨੇ ਛੋਟਾ ਇਹਨਾਂ ਬੱਚਾ ਦੇਖ ਸਕਦੇ ਜੇ ਕਿ ਇਹ ਬੱਚਾ ਵੀ ਜਿਹੜਾ ਹੈ ਠੰਡ ਦੇ ਵਿੱਚ ਇਸ ਤਰ੍ਹਾਂ ਹੀ ਮੌਜੂਦ ਹੈ ਕਿਤੇ ਨਾ ਕਿਤੇ ਪਰੇਸ਼ਾਨੀ ਜਿਹੜੀ ਹੈ ਪੂਰੇ ਪਰਿਵਾਰਾਂ ਵਾਸਤੇ ਬਣੀ ਆ ਬੇਟਾ ਕੀ ਨਾਮ ਹੈ ਜੀ ਆਰੁਸ਼ ਆਰੁਸ਼ ਕਿਹਾਂ ਵੀ ਯਹਾਂ ਪੇ ਬੈਠੇ ਹੋ ਕੱਭ ਕੇ ਬੈ ਪੜਤੀਓ ਪੜਤੀਓ ਕਿਤਨੀ ਮੈਂ ਤੁਸੀਂ ਦੇਖ ਸਕਦੇ ਨਿਕਜ ਨਾ ਬੱਚਾ ਹੈ ਸਾਨੂੰ ਵੀ ਤਰਸਾਂਦਾ ਪਿਆ ਕਿ ਛੋਟੇ ਛੋਟੇ ਬੱਚੇ ਲੈ ਕੇ ਇਥੇ ਜੀਆਂ ਪੈਣਾ ਬੈਠੀਆਂ ਨੇ ਕਾਫੀ ਪਰੇਸ਼ਾਨੀ ਦਾ ਜਿਹੜਾ ਮਾਹੌਲ ਬਣਿਆ ਪਿਆ ਜੀ ਕੀ ਨਾਮ ਦਾ ਮੇਰਾ ਨਾਮ ਲਵਲੀ ਹੈ ਮੇਰਾ 20 19 ਸਾਲ ਦਾ ਬੇਟਾ ਸੀ ਉਹ ਦੁਸ਼ਹਿਰੇ ਤੋਂ ਇਸ ਤਰ੍ਹਾਂ ਐਕਸਪਾਇਰ ਹੋਇਆ ਹੁਣ ਅਸੀਂ ਕੀ ਕਹਿਣਾ ਚਾਹਾਂਗੇ ਰਸਤਾ ਕੀ ਹੈ ਰਸਤਾ ਸਾਡਾ ਹੈ ਹੋਈ ਅਸੀਂ ਪਹਿਲੇ ਵੀ ਬੜੀ ਕੋਸ਼ਿਸ਼ ਕੀਤੀ ਹੈ ਸਰਕਾਰ ਨੂੰ ਜਗਾਉਣ ਦੀ ਤੇ ਬੜੇ ਅਮਨ ਅਮਾਨ ਨਾਲ ਅਸੀਂ ਕੀਤਾ ਕੋਈ ਅਸੀਂ ਇਹਨਾਂ ਨਾਲ ਉਹੋ ਜਿਹਾ ਕੰਮ ਨਹੀਂ ਕੀਤਾ ਕਿ ਜਿਹੜਾ ਸਾਡੇ ਕਾਨੂੰਨ ਦੇ ਖਿਲਾਫ ਹੋਵੇ। ਨਾ ਹੀ ਅਸੀਂ ਇਹਨਾਂ ਨੂੰ ਕਿਸੇ ਨੂੰ ਉਹ ਟੌਰਚਰ ਕਰਨ ਵਾਲੀ ਕੋਈ ਗੱਲ ਕੀਤੀ ਕਿ ਜਿਹੜਾ ਸਾਨੂੰ ਇਹ ਜ਼ਬਰਦਸਤੀ ਸਾਡਾ ਮੰਗ ਮੰਨਣ। ਇਹਨਾਂ ਦੀਆਂ ਮੰਗਾ ਨਾਲ ਹੀ ਅਸੀਂ ਆਪਣੀ ਮੰਗ ਰੱਖੀਏ। ਅਸੀਂ ਕੋਈ ਆਪਣੇ ਵੱਲੋਂ ਤੇ ਮੰਗ ਰੱਖੀ ਨਹੀਂ ਸੀ। ਇਹਨਾਂ ਨੇ ਆਪਣੇ ਬਚਾਅ ਵਾਸਤੇ ਸਾਡੇ ਕੋਲੋਂ ਇਹਨਾਂ ਨੇ ਇਹ ਹੀ ਅਪੀਲ ਕੀਤੀ ਕਿ ਅਸੀਂ ਤੁਹਾਨੂੰ ਨੌਕਰੀਆਂ ਦੇਾਂਗੇ, ਬੱਚੇ ਅਡੌਪਟ ਕਰਾਂਗੇ। ਚਲੋ ਬੱਚੇ ਅਡੌਪਟ ਕੀਤੇ ਜਾਂ ਨਹੀਂ ਕੀਤੇ, ਸਾਨੂੰ ਆਪਣਾ ਬੱਚਾ ਦੇ ਦੇ ਅਸੀਂ ਅਡੌਪਟ ਕਰ ਲੈਣੇ। ਅਸੀਂ ਇੰਨੀ ਕੋਈ ਹਸੇਦ ਰੱਖ ਲੈਨੇ ਆ ਫਿਰ ਸਾਰੇ ਮਿਲ ਕੇ ਭਾਵੇਂ ਅਸੀਂ ਉਹ ਰੁੱਖੀ ਮਸੀ ਜੋ ਖਾਵਾਂਗੇ ਉਹਦੇ ਬੱਚੇ ਨੂੰ ਵੀ ਖਵਾ ਲਾਂਗੇ ਜੇ ਸਾਡੇ ਬੱਚੇ ਨਹੀਂ ਉਹ ਰੱਖ ਸਕਦਾ ਤਾਂ ਸਾਡਾ ਆਪਣਾ ਬੱਚਾ ਦੇ ਦੇ ਸਾਨੂੰ ਸਾਡੀ ਕੋਈ ਦੀ ਸੁਣਾਈ ਕਰੇ ਕਿਉਂ ਨਹੀਂ ਸੁਣਾਈ ਕਰਦੇ ਪਏ ਕਿਉਂ ਨਹੀਂ ਪ੍ਰਸ਼ਾਸਨ ਜਾਗਦਾ ਪਿਆ ਸਵਾ ਸਾਲ ਹੋ ਗਿਆ ਅਸੀਂ ਕੋਈ ਐਡੇ ਵੀ ਸਾਡਾ ਕੀੜੇ ਮਕੋੜਿਆਂ ਤੋਂ ਵੀ ਕਿਦੋਂ ਬਿਹਤਰ ਕਰ ਦਿੱਤਾ ਇਹਨਾਂ ਨੇ ਇੱਥੇ ਹੁਣ ਕੋਈ ਕੋਈ ਉੱਚ ਅਧਿਕਾਰੀ ਆਇਆ ਤੁਹਾਡੇ ਕੋਲ ਕੋਈ ਮੈਂ ਕੋਈ ਕਿਸੇ ਨੇ ਕਿਹਾ ਤੁਹਾਨੂੰ ਆ ਕੇ ਤੁਹਾਨੂੰ ਸਾਡਾ ਹੱਲ ਕੀਤਾ ਜਾਏਗਾ ਤੱਕ ਤੇ ਕੋਈ ਹਜੇ ਸੁਣਾਈ ਨਹੀਂ ਹੋਈ ਕੋਈ ਕੈਬਨਿਟ ਮਨਿਸਟਰ ਕੋਈ ਮਨਿਸਟਰ ਅਸਤੇ ਨਹੀਂ ਆਏ ਜਿਨ੍ਹਾਂ ਨੂੰ ਆਉਣਾ ਚਾਹੀਦਾ ਸੀ ਜਿਹੜੇ ਸਾਹਦੇ ਕਹਿੰਦੇ ਆ ਕਿ ਅਸੀਂ ਤਾਂ ਸਾਡਾ ਦੇ ਵਿੱਚ ਕੋਈ ਕਸੂਰ ਨਹੀਂ ਅਸੀਂ ਇਸ ਕਾਂਡ ਵਿੱਚ ਸਾਡਾ ਕੋਈ ਹੱਥ ਨਹੀਂ ਸੀ ਤੇ ਫਿਰ ਵੀ ਉਹਨਾਂ ਜੇ ਅਸੀਂ ਮੰਨਿਆ ਮਿੱਟੂ ਮੈਦਾਨ ਜਾਂ ਸਿੱਤੂ ਸਾਹਿਬ ਜਿਨ੍ਹਾਂ ਨੇ ਵੀ ਇਹ ਜੜੇ ਆਏ ਸੀ ਉਹ ਨਹੀਂ ਹੈ ਕੰਮ ਤੇ ਹੈਗਾ ਸੀ ਸਾਡਾ ਅਫਸੋਸ ਕਰਨਾ ਚਾਹੁੰਦੇ ਸੀ ਤੇ ਆਂਦੇ ਸਾਡੇ ਸਾਹਮਣੇ ਕਮ ਸੇ ਕਮ ਇੱਕ ਵਾਰੀ ਹਮਦਰਦੀ ਦੇ ਉਹ ਬੋਲ ਹੀ ਬੋਲ ਦਿੰਦੇ ਆ ਕੇ ਕਿ ਚਲੋ ਕੋਈ ਗੱਲ ਨਹੀਂ ਅਸੀਂ ਜਿੰਨੀ ਕੋਸ਼ਿਸ਼ ਹੋ ਸਕੀਏ ਅਸੀਂ ਕਰਾਂਗੇ ਤੇ ਤੁਸੀਂ ਧਰਨੇ ਤੋਂ ਉੱਠ ਜਾਓ ਕਿਉਂਕਿ ਹੁਣ ਵੀ ਨਹੀਂ ਉਹਨਾਂ ਨੂੰ ਉਸ ਤਰ੍ਹਾਂ ਆਇਆ ਸਾਡੇ ਤੇ ਹੁਣ ਵੀ ਨਹੀਂ ਉਹਨਾਂ ਨੇ ਸਾਡੇ ਪਰਿਵਾਰਾਂ ਨੂੰ ਵੇਖਿਆ ਕਿੰਨੇ ਬੱਚੇ ਸਾਡੇ ਇੱਥੇ ਜੈਂਟਸ ਸਾਡੇ ਚਾਰ ਦਿਨਾਂ ਪੰਜ ਦਿਨਾਂ ਤੋਂ ਆਪਣੇ ਕਾਰੋਬਾਰ ਜੋ ਵੀ ਛੋਟਾ ਮੋਟਾ ਆਪਣਾ ਰੋਟੀ ਕਮਾਣ ਦਿਹਾੜੀਦਾਰ ਹੈਗੇ ਸੀ ਉਹ ਵੀ ਇੱਥੇ ਛੱਡ ਕੇ ਬੈਠੇ ਹੋਏ ਨੇ ਉਹਨਾਂ ਨੂੰ ਵੀ ਅਜੇ ਤੱਕ ਕੋਈ ਨਹੀਂ ਇਹਨਾਂ ਨੇ ਆ ਕੇ ਸਾਰ ਲਈ ਕੁਝ ਨਹੀਂ ਇਹਨਾਂ ਨੇ ਪੁੱਛਿਆ ਕਿਉਂ ਨਹੀਂ ਪੁੱਛਿਆ ਮੁਸ਼ਕਲ ਜਿਹੜੀ ਹੈ ਮੁਸ਼ਕਲ ਸਾਰੇ ਪਰਿਵਾਰਾਂ ਤੁਸੀਂ ਦੇਖ ਸਕਦੇ ਆਂ ਕੋ ਨਿਕਾ ਜਨਾ ਛੋਟਾ ਛੋਟੇ ਜਿਹਨੇ ਬੱਚੇ ਨੇ ਆ ਮਾਸੂਮ ਬੱਚਾ ਹੈ ਜਿੰਨੂੰ ਕਿ ਥੋੜੀ ਜਿਨੀ ਵੀ ਠੰਡ ਠੰਡ ਲੱਗ ਸਕਦੀ ਹੈ ਪਰ ਇਸ ਵੇਲੇ ਸੜਕ ਦੇ ਉੱਤੇ ਬਹਿਣਾ ਇਸ ਬੱਚੇ ਵਾਸਤੇ ਤੇ ਇਸ ਮਾਂ ਵਾਸਤੇ ਕਿੱਡਾ ਖਤਰਨਾਕ ਸਾਬਤ ਹੋ ਸਕਦਾ ਹੈ ਨਿੱਕੇ ਨਿੱਕੇ ਬੱਚੇ ਇਹ ਵੀ ਦਿਖਾਇਆ ਤੁਹਾਨੂੰ ਤੇ ਇਸ ਵੇਲੇ ਦਿਲ ਕੰਬ ਜਾਂਦਾ ਹੈ ਜਦੋਂ ਅਸੀਂ ਇਹ ਤਸਵੀਰਾਂ ਦੇਖਦੇ ਹਾਂ ਕਿਉਂਕਿ ਜਦੋਂ ਅਸੀਂ ਇੱਥੇ ਪਹੁੰਚਦੇ ਹਾਂ ਲਗਾਤਾਰ ਅਸੀਂ 4 ਦਿਨਾਂ ਤੋਂ ਕਵਰੇਜ ਕਰ ਰਹੇ ਹਾਂ ਤੇ 4 ਦਿਨਾਂ ਤੋਂ ਹੀ ਦਿਖਾ ਰਹੇ ਹਾਂ ਜਿਹੜੀ ਸਾਡੇ ਨਾਲ ਸਰੋਤੇ ਜਿਹੜੇ ਸਾਡੇ ਨਾਲ ਜੁੜੇ ਉਹਨਾਂ ਨੂੰ ਦਿਖਾ ਰਹੇ ਹਾਂ ਅਸੀਂ ਕਿ ਕਿਸ ਤਰੀਕੇ ਦੇ ਨਾਲ ਇਹ ਪੀੜਿਤ ਪਰਿਵਾਰ ਜਿਹੜੇ ਨੇ ਇੱਥੇ ਬੈਠੇ ਹੋਏ ਨੇ ਪਰ ਸਰਕਾਰਾਂ ਦੇ ਨੁਮਾਇੰਦੇ ਜਿਹੜੇ ਆ ਕੋਈ ਵੀ ਨਹੀਂ ਪਹੁੰਚੇ ਸੀ ਕੀ ਨੰਦਾ ਦੀਪਕ ਕੁਮਾਰ ਦੀਪਕ ਜੀ ਤੁਸੀਂ ਲਗਾਤਾਰ ਤੁਹਾਡੇ ਵੀ ਪਰਿਵਾਰ ਦੇ ਵਿੱਚ ਉਹ ਗਏ ਸੀ ਤੇ ਤੁਸੀਂ ਸਾਰਿਆਂ ਦੀ ਸਹਾਇਤਾ ਕਰਨ ਵਾਸਤੇ ਵੀ ਨਾਲ ਲਗਾਤਾਰ ਖੜੇ ਰਹੇ ਜੇ ਲਗਾਤਾਰ ਤੁਸੀਂ ਵੀ ਸੁਰੱਖਿਆ ਵਿੱਚ ਰਹ ਜੇਗਾ ਹੁਣ ਅਸੀਂ ਹੱਲ ਕੀ ਸੋਚ ਕੇ ਬੈਠੇ ਹੋਈਆਂ ਕੀ ਹੋਏਗਾ ਹੱਲ ਸਾਡਾ ਇਹ ਹੈ ਕਿ ਵੀ ਅਸੀਂ ਜਿੱਦਾਂ ਸਰਕਾਰ ਗਰੀਬ ਲੋਕ ਨੂੰ ਮਾਰ ਕੇ ਛੱਡਦੀ ਹੈ ਨਾ ਤੇ ਅਸੀਂ ਵੀ ਸਰਕਾਰ ਨੂੰ ਪੂਰਾ ਹੁਣ ਜਿਹੜੀ ਸਾਡੀ ਜਿੱਦ ਹੈ ਨਾ ਮਤਲਬ ਜਿੱਦ ਨਹੀਂ ਕਹ ਸਕਦੇ ਜਿਹੜੀ ਉਹਨਾਂ ਨੇ ਸਾਨੂੰ ਡਿਮੋ ਕੀਤਾ ਸੀ ਝੂਠ ਬੋਲਿਆ ਸੀ ਅਸੀਂ ਉਹ ਝੂਠ ਨੂੰ ਸੱਚ ਕਰਾ ਕੇ ਹੀ ਛੱਡਣਾ ਅਸੀਂ ਉਰੋ ਤੱਕ ਨੇ ਤੁਹਾਡੇ ਨਾਲ ਅੱਜ ਵੀ ਸਾਨੂੰ ਕੈਂਪ ਵਾਸਤੇ ਬੁਲਾਇਆ ਗਿਆ ਅਸੀਂ ਜਾ ਜ਼ਰੂਰ ਰਹੇ ਹਾਂ ਸਾਡੇ ਚੋਂ 11 ਬੰਦੇ ਜਾਣਗੇ ਦੇਖ ਕੇ ਆਣਗੇ ਲੇਕਿਨ ਉੱਚ ਵੀ ਤੇ ਸਿਰਫ ਪ੍ਰਸ਼ਾਸਨ ਵੀ ਸਾਡੇ ਪੰਜਾਬ ਦੀ ਜਿਹੜੀ ਸਰਕਾਰ ਹੈ ਕੈਪਟਨ ਸਰਕਾਰ ਇੰਨੀ ਮਾੜੀ ਹੋ ਗਈ ਕਿ ਵੀ ਤੁਸੀਂ ਝੂਠ ਬੋਲ ਕੇ ਝੂਠ ਹੀ ਬੋਲ ਰਹੇ ਹਰ ਚੀਜ਼ 'ਚ ਜਿੰਨੇ ਮੁੱਦੇ ਨਾ ਨੇ ਅੱਜ ਤੱਕ ਜਿੰਨੇ ਵੀ ਬੋਲੇ ਨੇ ਸਾਰੇ ਝੂਠ ਹੀ ਬੋਲ ਰਹੇ ਨੇ ਇਸ ਕਰਕੇ ਅਸੀਂ ਵੀ ਜਿੱਦੇ ਤੇ ਅੜੇ ਰਵਾਂਗੇ ਭਾਵੇਂ ਕੁਝ ਵੀ ਹੋਏ ਸਾਡੇ ਨਾਲ ਲੇਕਿਨ ਜਦੋਂ ਤੱਕ ਸਰਕਾਰ ਸਾਡੇ ਅੱਗੇ ਉਹਨੂੰ ਘੁਟਲਣਾ ਨਹੀਂ ਟੇਕਦੀ ਅਸੀਂ ਉੱਠਣ ਵਾਲੇ ਨਹੀਂ ਹਾਂ ਇਹ ਕਿੰਨਾ ਦਿਨ ਹੋ ਤਾੜੇ ਇਹ ਸਾਡਾ ਪੰਜਵਾਂ ਦਿਨ ਹੈਗਾ ਦੇਖੋ ਹੁਣ ਤੇ ਪਹਿਲੇ ਤੇ ਠੰਡ ਸੀਗੀ ਠੀਕ ਹੈ ਹੁਣ ਤੇ ਬਾਰਿਸ਼ ਪੈਣੀਆ ਚੱਲੂ ਹੋ ਗਈਆਂ ਨੇ ਬਾਰਿਸ਼ ਕਿੰਨਾ ਬੁਰਾ ਹਾਲ ਹੋ ਰਿਹਾ ਹੈ ਜਿਵੇਂ ਦੇਖੋ ਪਾਣੀ ਕਾਢ ਹੀ ਰੇਨੇ ਸੀ ਜੋ ਵੀ ਹੈ ਤੇ ਲੇਕਿਨ ਸਰਕਾਰ ਨੂੰ ਸਾਡੇ ਤੇ ਪ੍ਰਸ਼ਾਸਨ ਨੂੰ ਸਾਡੇ ਦੇ ਤਰਸ ਆ ਰਿਹਾ ਉਹ ਸਾਡੇ ਵਾਸਤੇ ਕੁਝ ਨਾ ਕੁਝ ਕਰ ਰਹੇ ਨੇ ਲੇਕਿਨ ਸਰਕਾਰ ਨੂੰ ਕਿਉਂ ਨਹੀਂ ਆ ਰਿਹਾ ਚਲੋ ਉਹ ਤੇ ਛੱਡੋ ਸਰਕਾਰੀ ਨੌਕਰੀ ਹੋਰ ਮੁੱਦੇ ਤੇ ਛੱਡੋ ਹੋ ਜੇ ਇਹਨਾਂ ਦੇ ਤੇ ਪ੍ਰਸ਼ਾਸਨ ਤੇ ਸਰਕਾਰ ਦਾ ਬੰਦਾ ਨਹੀਂ ਸਾਇਦਾ ਕੋਈ ਐਨਾਂ ਕੋਈ ਐਮਐਲਏ ਨਾ ਕੋਈ ਹੋਰ ਛੱਡੋ ਇਹਨਾਂ ਦੇ ਕੌਂਸਲਰ ਜਿਹੜੇ ਨੇ ਉਹ ਤੱਕ ਨਹੀਂ ਸਾਡੇ ਤੋ ਦੇਖ ਸਕਦੇ ਜੀ ਕਿ ਪਾਣੀ ਜਿਹੜਾ ਪਾਣੀ ਇੱਥੇ ਮੌਜੂਦ ਹੈ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫੇਰ ਦੁਬਾਰਾ ਅਸੀਂ ਆਪਣੀ ਜਗ੍ਹਾ ਦੇ ਉੱਤੇ ਬੈਠ ਸਕੀਏ ਚਾਰੇ ਪਾਸੇ ਜਿਹੜਾ ਪਾਣੀ ਇੱਥੇ ਭਰ ਚੁੱਕਿਆ ਉਹਦੇ ਨਾਲ ਕਾਫੀ ਪਰੇਸ਼ਾਨੀ ਕਾਫੀ ਦਿੱਕਤ ਹੈ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਕੀ ਕਹਿਣਾ ਚਾਹੋਗੇ ਕਾਫੀ ਮੁਸ਼ਕਲ ਹੋ ਰਹੀ ਹੈ ਕਿਉਂਕਿ ਜਦੋਂ ਬਰਸਾਤ ਪੈ ਗਈ ਹੈ 2 ਦਿਨ ਦਾ ਅਲਰਟ ਵੈਸੇ ਵੀ ਮੌਸਮ ਵਿਭਾਗ ਵੱਲੋਂ ਕਹਿ ਦਿੱਤਾ ਗਿਆ ਹੈ ਅੱਜ ਵੀ ਲੱਗਦਾ ਹੈ ਕਿ ਬਰਸਾਤ ਬੱਦਲ ਖੁੱਲੇ ਪਏ ਨੇ ਪਰੇਸ਼ਾਨੀ ਦਾ ਮਾਹੌਲ ਬਣ ਚੁੱਕਿਆ ਹੈ ਨਿੱਕੇ ਨਿੱਕੇ ਬੱਚੇ ਨਾਲ ਦੇਖੋ ਜੀ ਆਪਣੇ ਰਾਤ ਦੀ بارش ਮਤਲਬ ਆਪਣੇ ਨਹੀਂ ਜਿਆਦਾ بارش ਹੋਈ ਆ ਜਿਹੜਾ ਟੈਂਟ ਸੀ ਆ ਵਾਲਾ ਇਹ ਸਾਰੇ ਆਪਣੇ ਸਾਡੇ ਅੰਦਰ ਜਿਹੜੇ ਬੈਠਣ ਵਾਲੇ ਆਪਣੇ ਗੱਦੇ ਜਿਹੜੇ ਵਿਛਾਏ ਗਏ ਸੀ ਸਾਰੇ ਗੱਦੇ ਗਿੱਲੇ ਹੋ ਗਏ ਨੇ ਤੇ ਜਾਈਆਂ ਗਿੱਲੀਆਂ ਹੋ ਗਈਆਂ ਤੇ ਮਤਲਬ ਕਿ ਆਪਾਂ ਸਿਰਫ ਜਿਹੜੀ ਅੱਗ ਬਾਲ ਕੇ ਮਤਲਬ ਅੱਗ ਸੇਕ ਸੇਕ ਕੇ ਮਤਲਬ ਸਾਰੀ ਰਾਤ ਗੁਜ਼ਾਰੀ ਆ ਤੇ ਆ ਤੁਹਾਡੇ ਸਾਹਮਣੇ ਦੇਖ ਲੋ ਗੱਦੇ ਪਏ ਹੋਣਗੇ ਸਾਰੇ ਗੱਦੇ ਗਿੱਲੇ ਨੇ ਦਰੀਆਂ ਜਿਹੜੀਆਂ ਵਿਛਾਈਆਂ ਦੀਆਂ ਦਰੀਆਂ ਵੀ ਸਾਰੀਆਂ ਗਿੱਲੀਆਂ ਨੇ ਤੇ ਬੁਰੇ ਹਾਲ ਨੇ ਪਾਣੀ ਵੀ ਇਕੱਠਾ ਇੱਥੇ ਕਾਫੀ ਹੋ ਚੁੱਕਾ ਸੀ ਜਿਹੜਾ ਕਿ ਆਪਾਂ ਹੁਣ ਮਤਲਬ ਆਪਣੇ ਹੋਰ ਵਾਲੀ ਸਾਰਾ ਪਾਣੀ ਕੱਢ ਰਹੇ ਤੇ ਪਰ ਐ ਬਾਕੀ ਜਿਹੜਾ ਮਤਲਬ ਪ੍ਰਸ਼ਾਸਨ ਆ ਉਹਨੂੰ ਹਜੇ ਤੱਕ ਆਪਣੇ ਕੋਈ ਮਤਲਬ ਫਰਕ ਨਹੀਂ ਪੈ ਰਿਹਾ ਇਸ ਚੀਜ਼ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਨਹੀਂ ਪਹੁੰਚਿਆ ਤੁਹਾਡੇ ਕੋ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਦਾ ਦੇਖੋ ਜੀ ਆਪਣੇ ਤਹਿਸੀਲਦਾਰ ਜੀ ਆਏ ਆਪਣੇ ਪਹਿਲੇ ਦਿਨ ਠੀਕ ਹੈ ਨਾ ਉਹ ਵੀ ਕਹਿੰਦੇ ਸੀ ਕਿ 12 ਤਰੀਕ ਨੂੰ ਤੁਹਾਨੂੰ ਆਪਣੇ ਜੋਬ ਲੈਟਰ ਦਿੱਤੇ ਜਾਣਗੇ ਤੇ ਮੇਰੇ ਸਾਹਮਣੇ ਲੋ ਸਾਡੇ ਨਾਲ ਮਤਲਬ ਕਿ ਆਪਣੇ ਪੋਲਿਟਿਕਸ ਹੀ ਖੇលਦੇ ਪਏ ਨੇ ਕਿ ਇਹ ਇਹ ਆਪਣਾ ਧਰਨਾ ਚੋਕ ਲੈਣ ਤੇ ਇਹਨਾਂ ਨੂੰ ਇਹ ਮਤਲਬ ਕਿ ਸਾਨੂੰ ਮਤਲਬ ਕਿ ਆਪਣੇ ਇਹ ਹੋ ਜਾਈ ਗਿਆ ਕਈ ਵਾਰੀ ਕਾਫੀ ਵਾਰੀ ਧਰਨੇ ਤੇ ਲਗਾਏ ਆ ਹਰ ਵਾਰੀ ਤੁਹਾਨੂੰ ਆਪਣੇ ਦਲਾਸਾ ਦਿੱਤਾ ਗਿਆ ਕਿ ਆਪਣੇ ਤੁਹਾਡੇ ਵਾਸਤੇ ਇਹ ਕੀਤਾ ਜਾ ਰਿਹਾ ਹੈ ਤੁਹਾਡੇ ਵਾਸਤੇ ਉਹ ਕੀਤਾ ਜਾ ਰਿਹਾ ਆ ਉਦੋਂ ਤਹਿਸੀਲਦਾਰ ਆਇਆ ਤੇ ਕਹਿੰਦਾ ਜੀ ਆਪਣੇ ਤੇ ਤੁਹਾਨੂੰ ਆਪਣੇ ਬਾਤਰੀ ਨੂੰ ਜੋਬ ਲੈਟਰ ਮਿਲ ਜਾਣਗੇ ਤੇ ਸਾਨੂੰ ਪਤਾ ਸੀ ਕਿ ਇਹ ਤਹਿਸੀਲਦਾਰ ਵੀ ਝੂਠ ਬੋਲ ਰਿਹਾ ਜਿਹੜਾ ਪੰਜਾਬ ਦਾ ਜਿਹੜਾ ਨੁਮਾਇੰਦਾ ਜਿਹੜਾ ਪੰਜਾਬ ਸਰਕਾਰ ਨੇ ਭੇਜਿਆ ਸੀ ਤੇ ਫਿਰ ਆਪਾਂ ਵੀ ਉਹਨੂੰ ਕਹਿਆ ਕੋਈ ਗੱਲ ਨਹੀਂ ਜਨਾਬ ਆਪਾਂ ਵੀ 12 ਤਰੀਕ ਤੱਕ ਇੱਥੇ ਬੈਠੇ ਆ ਕੋਈ ਗੱਲ ਨਹੀਂ ਸੀ ਜੋਬ ਲੈਟਰ ਫੜਾਉਣੀ ਆ ਤੇ ਜੋਬ ਲੈਟਰ ਸਾਨੂੰ ਤੁਸੀਂ ਇੱਥੇ ਦੇ ਕੇ ਜਾਓ ਉਹਨੂੰ ਆਪਾਂ ਇਹ ਜਵਾਬ ਦਿੱਤਾ ਮੈਂ ਕੋਈ ਗੱਲ ਨਹੀਂ ਆਪਾਂ 12 ਤਰੀਕ ਤੱਕ ਇੱਥੇ ਵੇਟ ਕਰ ਲੈਣੇ ਤੁਹਾਡੀ ਪਰ ਉਹ ਬੰਦਾ ਦੇ ਲਓ ਤਹਿਸੀਲਦਾਰ ਝੂਠਾ ਸੀ ਇਹਦਾ ਮਤਲਬ ਨਹੀਂ ਆਇਆ ਜੇ ਜੋਬ ਲੈਟਰ ਦੇਨੇ ਹੁੰਦੇ ਉਹਨਾਂ ਨੇ ਇੱਥੇ ਆਂਦਾ ਇੱਥੇ ਆ ਕੇ ਜੋਬ ਲੈਟਰ ਦਿੰਦਾ ਦੁੱਖ ਜਿਹੜਾ ਸਾਨੂੰ ਹੀ ਪਤਾ ਹੈ ਕਿ ਕਿੰਨਾ ਦੁੱਖ ਹੈ ਸਾਰੇ ਪਰਿਵਾਰ ਜਿਹੜੇ ਨੇ ਅਸਲੇ ਦੁਖੀ ਨੇ ਤੁਸੀਂ ਜਵਾਨ ਜੇ ਸਰਦੀ ਚਾਹੀ ਜਿੰਨੀ ਮਰਜੀ ਤੁਸੀਂ ਬੈਠ ਸਕਦੇ ਜੇ ਲੱਗਦਾ ਕਿ ਬਜ਼ੁਰਗ ਬੰਦੇ ਜਾਂ ਫਿਰ ਬੱਚੇ ਜਿਹੜੇ ਨਿੱਕੇ ਨਿੱਕੇ ਨੇ ਉਹ ਬੈਠ ਸਕਣਗੇ ਇਨੀ ਠੰਡ ਵਿੱਚ ਕਿਉਂਕਿ ਅਜੇ ਆਪਣਾ ਪਹਿਲਾ ਦਿਨ ਹੈ ਬਰਸਾਤ ਦਾ ਠੰਡ ਤੇ ਪਹਿਲੇ ਹੋ ਗਈ ਆ ਪਰ ਬਰਸਾਤ ਦਾ ਪਹਿਲਾ ਦਿਨ ਹੈ ਤੇ ਅਜੇ ਅਲਰਟ ਜਿਹੜਾ ਜਾ ਕੀਤਾ ਗਿਆ ਦੇਖੋ ਸਰ ਜੀ ਆਪਣੇ ਇਹਨਾਂ ਦੇ ਅੰਦਰ ਇਹਨਾਂ ਕੋਲ ਦੁੱਖ ਆ ਜਿਹੜੇ ਬਜ਼ੁਰਗ ਬੰਦੇ ਆ ਉਹ ਆਪਣੇ ਜਵਾਨ-ਜਵਾਨ ਬੱਚੇ ਜਿਨ੍ਹਾਂ ਨੇ ਆਪਣੇ ਗੁਆਏ ਨੇ ਠੀਕ ਹੈ ਨਾ ਰੇਲ ਹਾਸੇ ਦੇ ਵਿੱਚ ਜਿਹੜੇ ਜਵਾਨ-ਜਵਾਨ ਬੱਚੇ ਇਹਨਾਂ ਦੇ ਗਏ ਨੇ ਠੀਕ ਹੈ ਨਾ ਉਹ ਮਤੇ ਆਪਣੇ ਉਹਨਾਂ ਨੂੰ ਇਹਨਾਂ ਦਾ ਇਹਨਾਂ ਦੁੱਖ ਹੈ ਕਿ ਉਹਨਾਂ ਨੇ ਆਪਣੇ ਸਰੀਰ ਦੀ ਪ੍ਰਵਾਹ ਨਹੀਂ ਕੀਤੀ ਆਖਰਕਾਰ ਉਹਨਾਂ ਦਾ ਸਰੀਰ ਮਤਲਬ ਇਹ ਆਪਣੇ ਚੱਲਦੇ ਨਹੀਂ ਸਕਦਾ ਮਤਲਬ ਜਿੱਸਾ ਜਿਸ ਹਿਸਾਬ ਨਾਲ ਠੰਡ ਪੈ ਰਹੀ ਜਿਸ ਹਿਸਾਬ ਦਾ ਮੌਸਮ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਬੱਚਾ ਦਾ ਦੁੱਖ ਹੈ ਜਿਹੜਾ ਤੇ ਉਹ ਉਹਨਾਂ ਨੂੰ ਮਤਲਬ ਇਹ ਆਪਣੇ ਇੱਥੇ ਬਹਿਣ ਤੇ ਮਤਲਬ ਇਹ ਆਪਣੇ ਕਾਬਲ ਬਣਾ ਰਿਹਾ ਨਹੀਂ ਤੇ ਮਤਲਬ ਇਹ ਨਹੀਂ ਠੰਡ ਦੇ ਵਿੱਚ ਮਤਲਬ ਇਹ ਆਪਣੇ ਆਮ ਬੰਦੇ ਦਾ ਬਜ਼ੁਰਗ ਕਿਸੇ ਦਾ ਬਹਿਣਾ ਬਹੁਤ ਮੁਸ਼ਕਿਲ ਹੈ ਬੱਚੇ ਨੂੰ ਲੈ ਕੇ ਬਹਿਣਾ ਬਹੁਤ ਮੁਸ਼ਕਿਲ ਹੈ ਤੇ ਯਾਰਾ ਮਤਲਬ ਕਿ ਪੰਜਾਬ ਸਰਕਾਰ ਨੂੰ ਸ਼ਰਮ ਚਾਹੀਦੀ ਆ ਕਿ ਆਪਣੇ ਇਹਨਾ ਟਾਈਮ ਹੋ ਗਿਆ ਤੁਸੀਂ ਆਪਣੇ ਝੂਠੇ ਦੇ ਝੂਠੇ ਵਾਦੇ ਮਤਲਬ ਕਿ ਕਰੀ ਜਾ ਰਹੇ ਹੋ ਕਦੀ ਇੱਕ ਬੰਦੇ ਨੂੰ ਭੇਜਦੇ ਹੋ ਕਦੀ ਕਿਸੇ ਬੰਦੇ ਨੂੰ ਭੇਜਦੇ ਹੋ ਤੁਹਾਡੇ A to Z ਜਿੰਨੇ ਨਮਾਇੰਦੇ ਨੇ ਮੈਂ ਕਹਿੰਦਾ ਕਿ ਆਪਣੇ ਮੇਰ ਤੋਂ ਲੈ ਕੇ ਡੀਸੀ ਕੀ ਡੀਸੀ ਸਭ ਸਭ A to Z ਇੱਕੋ ਹੀ ਥਾਲੀ ਦੇ ਚਟੇ-ਵਟੇ ਨੇ ਸਾਰੇ ਝੂਠ ਤੇ ਝੂਠ ਬੋਲੀ ਜਾਂਦੇ ਨੇ ਮਤਲਬ ਕਿ ਆਪਣੇ ਇਹ ਚਾਹੁੰਦੇ ਨੇ ਕਿ ਆਪਣੇ ਇਹਨਾਂ ਨੂੰ ਬਸ ਕਿਸੇ ਨਾ ਕਿਸੇ ਤਰੀਕੇ ਨਾਲ ਮਤਲਬ ਕਿ ਆਪਾਂ ਇੱਥੋਂ ਰੁਕਵਾਇਆ ਜਾਵੇ ਤੇ ਪਤਾ ਕੀ ਆਪਣੇ ਜਿਹੜਾ ਕੀ ਇੱਕ ਇਤਰਾਮਤ ਇਹ ਧਰਨਾ ਬੰਦ ਕਰਦਣ ਹਰ ਵਾਰ ਦੀ ਤਰ੍ਹਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੋਸ਼ਿਸ਼ ਜੜੀ ਹੈ ਪੰਜਾਬ ਸਰਕਾਰ ਦੇ ਅਧਿਕਾਰੀ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਨਿਬੰਧੇ ਨੇ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰੀਕੇ ਇਹ ਧਰਨਾ ਜਿਹੜਾ ਹਟਾ ਲਿਆ ਜਾਵੇ ਕਾਫੀ ਵਾਰ ਜਿਹੜਾ ਤੇ ਨਾਲ ਲਗਾਇਆ ਕਦੀ ਰੇਲਵੇ ਟ੍ਰੈਕ ਜਾਮ ਕੀਤਾ ਗਿਆ ਕਦੀ ਸੜਕਾਂ ਦੇ ਉੱਤੇ ਉਤਰਿਆ ਗਿਆ ਇਹਨਾਂ ਰੇਲ ਹਾਸੇ ਪੀੜਿਤ ਲੋਕਾਂ ਵੱਲੋਂ ਪਰ ਇਹਨਾਂ ਦਾ ਹੱਲ ਕੋਈ ਵੀ ਨਹੀਂ ਹੋਇਆ 15 ਮਹੀਨੇ ਹੋ ਚੁੱਕੇ ਨੇ ਤੇ 15 ਮਹੀਨੇ ਦਾ ਟਾਈਮ ਕਾਫੀ ਹੁੰਦਾ ਹੈ ਸਰਕਾਰ ਵੱਲੋਂ ਚਾਹੇ ਕਹਿ ਦਿੱਤਾ ਗਿਆ ਸੀ ਕਿ ਅਸੀਂ ਹੱਲ ਜਿਹੜੇ ਤੁਹਾਡੇ ਕਰ ਦਾਂਗੇ ਤੇ ਖਾਸ ਤੌਰ ਤੇ ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਇਹਨਾਂ ਨੂੰ ਖਾਸ ਤੌਰ ਤੇ ਕਿਹਾ ਗਿਆ ਸੀ ਕਿ ਮੈਂ ਤੁਹਾਡੇ ਬੱਚੇ ਅਡਾਪਟ ਕਰਾਂਗਾ ਮੈਂ ਤੁਹਾਨੂੰ ਨੌਕਰੀਆਂ ਦਵਾਂਗਾ ਪਰ ਹੁਣ ਨਵਜੋਤ ਸਿੰਘ ਸਿੱਧੂ ਦੇ ਜਦੋਂ ਘਰ ਪਹੁੰਚਦੇ ਨੇ ਵਜੋ ਸਿੰਘ ਸਿੱਧੂ ਬੋਲੋ ਦਰਵਾਜ਼ਾ ਵੀ ਨਹੀਂ ਖੁੱਲੇ ਜਾਂਦਾ ਪਰ ਹੁਣ ਦੇਖਣਾ ਹੋਏਗਾ ਕਿ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਵਾਸਤੇ ਕਦੋਂ ਤੱਕ ਤੇ ਕੌਣ ਪਹੁੰਚਦਾ ਹੈ ਕੈਮਰਾਮੈਨ ਦੀਪਕ ਵਜਾਜ ਦੇ ਨਾਲ ਸੁਖਚੰਦ ਸਿੰਘ ਅਮ੍ਰਿਤਸਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਟੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪੀਰਾਮਿਡ ਈ ਸਰਵਿਸਿਜ਼ ਨਾਲ ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਉਗੇ ਬਲਕਿ ਤਿੰਨ ਤੋਂ 5000 ਡਾਲਰ ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਉਗੇ